ਅੱਜ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਸ ਨੂੰ ਲੈ ਕੇ ਇੱਥੇ ਚੰਡੀਗੜ੍ਹ ਦੇ ਵਿੱਚ 39 ਸੈਕਟਰ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਵੱਡੀ ਰੈਲੀ ਕੀਤੀ ਗਈ ਆ। ਮੁੱਖ ਮੰਗਾਂ ਦੇ ਵਿੱਚ ਪਹਿਲੀ ਮੰਗ ਇਹ ਆ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਤਨਖਾਹ ਕਮਿਸ਼ਨ ਹਰ 10 ਸਾਲ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦਾ, ਉਸ ਤਨਖਾਹ ਕਮਿਸ਼ਨ ਦੇ ਰਾਹੀਂ ਇਹ ਪਹਿਲੀ ਵਾਰੀ ਹੋਇਆ ਕਿ ਤਨਖਾਹਾਂ ਅਤੇ ਭੱਤੇ ਵਧਾਉਣ ਦੀ ਜਗ੍ਹਾ ਰੈਸ਼ਨਲਾਈਜ਼ ਕਰਨ ਦੇ ਨਾਮ ਹੇਠ ਘਟਾਏ ਗਏ ਨੇ। 2011 ਦੇ ਵਿੱਚ ਪਿਛਲੀ ਸਰਕਾਰ ਸਮੇਂ ਜਿਹੜਾ ਵਾਧਾ ਮਿਲਿਆ ਸੀ ਮੁਲਾਜ਼ਮਾਂ ਨੂੰ, ਉਹ ਵਾਧਾ ਜਿਹੜਾ ਉਹ ਖਤਮ ਕਰਕੇ ਜਿਹੜਾ 2.25 ਦਾ ਮਲਟੀਪਲ ਫੈਕਟਰ ਆ ਉਹ ਦਿੱਤਾ ਜਾ ਰਿਹਾ। ਅਤੇ ਵੱਡੀ ਗੱਲ ਇਹ ਆ ਕਿ ਮੁਲਾਜ਼ਮਾਂ ਨੂੰ ਮਲਟੀਪਲ ਫੈਕਟਰਾਂ ਦੇ ਵਿੱਚ ਉਲਝਾ ਕੇ ਕਿਸੇ ਨੂੰ 2.25 ਦਾ, ਕਿਸੇ ਨੂੰ 2.59 ਦਾ, ਅਤੇ ਖੁਦ ਜਿਹੜੀ ਬਿਊਰੋਕ੍ਰੇਸੀ ਆ ਉਹ ਜਿਹੜਾ ਟੌਪ ਦਾ ਮਲਟੀਪਲ ਫੈਕਟਰ ਆਪਣੀ ਤਨਖਾਹ ਫਿਕਸ ਕਰਨ ਵਾਸਤੇ 2.72 ਉਹ ਤੈਅ ਕਰ ਰਹੀ ਆ। ਇਸ ਕਰਕੇ ਪਹਿਲਾ ਮੁੱਦਾ ਇਹ ਆ ਕਿ ਜਿਹੜਾ ਤਨਖਾਹ ਕਮਿਸ਼ਨ ਆ ਉਹ ਮੁਲਾਜ਼ਮਾਂ ਦੀਆਂ ਆਸਾਂ ਉਮੀਦਾਂ ਦੇ ਅਨੁਸਾਰ ਹੋਵੇ, ਉਸ ਦੇ ਵਿੱਚ ਜਿਹੜੀਆਂ ਕੈਟਾਗਰੀਆਂ ਨੂੰ ਵਾਧਾ ਮਿਲਿਆ ਉਹ ਵਾਧਾ ਬਰਕਰਾਰ ਰਹੇ, ਜਿਨ੍ਹਾਂ ਨੂੰ ਨਹੀਂ ਮਿਲਿਆ ਅਨਰਵਾਈਜ਼ਡ ਰਹਿ ਗਈਆਂ ਜਾਂ ਪਾਰਸ਼ਲੀ ਰਿਵਾਈਜ਼ਡ ਨੇ, ਉਹਨਾਂ ਨੂੰ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਮਿਲੇ। ਦੂਜੀ ਮੰਗ ਜੋ ਪੰਜਾਬ ਦੇ ਮੁਲਾਜ਼ਮਾਂ ਦੀ ਆ, ਕੱਚੇ ਮੁਲਾਜ਼ਮ ਪੱਕੇ ਕਰਵਾਉਣ ਦੀ। ਪਿਛਲੀ ਦਾ ਸਰਕਾਰ ਨੇ ਵੀ 10 ਸਾਲ ਕੱਚੇ ਮੁਲਾਜ਼ਮਾਂ ਨੂੰ ਰੋਲਿਆ ਅਤੇ ਜਾਂਦੇ ਹੋਏ 2016 ਦੇ ਵਿੱਚ ਇੱਕ ਐਕਟ ਤਿਆਰ ਕੀਤਾ, ਪਰ ਉਸ ਐਕਟ ਨੂੰ ਜਾਂਦੇ ਹੋਏ ਲਾਗੂ ਨਹੀਂ ਕਰਕੇ ਗਏ। ਇਹ ਸਰਕਾਰ ਵੀ 4.5 ਸਾਲ ਬੀਤ ਚੁੱਕੇ ਨੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਕੋਈ ਵੀ ਜਿਹੜਾ ਠੋਸ ਕਾਨੂੰਨ ਆ ਉਹ ਇਹਨਾਂ ਨੇ ਤਿਆਰ ਨਹੀਂ ਕੀਤਾ। ਤਾਂ ਦੂਜਾ ਮੁੱਦਾ ਇਹ ਆ ਕਿ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਉਹਨਾਂ ਨੂੰ ਪੱਕਾ ਕੀਤਾ ਜਾਵੇ। ਤੀਜਾ ਮੁੱਦਾ ਪੰਜਾਬ ਅਤੇ ਇਸ ਦੇਸ਼ ਦਾ ਭਖਦਾ ਮੁੱਦਾ ਕਿ ਪੁਰਾਣੀ ਪੈਨਸ਼ਨ ਆ ਜਿਹੜੀ 1 ਜਨਵਰੀ 2004 ਤੋਂ ਬਾਅਦ ਉਹ ਬਹਾਲ ਹੋਣੀ ਚਾਹੀਦੀ ਆ ਸਾਰੇ ਮੁਲਾਜ਼ਮਾਂ ਦੇ ਉੱਪਰ। ਅਤੇ ਚੌਥਾ, ਜਿੰਨੇ ਵੀ ਮਾਣ ਭੱਤਾ ਵਰਕਰ ਨੇ, ਆਸ਼ਾ ਵਰਕਰ ਨੇ, ਮਿਡ ਡੇ ਮੀਲ ਵਰਕਰ ਨੇ, ਆਂਗਣਵਾੜੀ ਵਰਕਰ ਨੇ, ਉਹਨਾਂ ਉੱਪਰ ਘੱਟੋ ਘੱਟ ਉਜਰਤਾਂ ਕਾਨੂੰਨ ਆ ਜਿਹੜਾ ਉਹ ਲਾਗੂ ਹੋਣਾ ਚਾਹੀਦਾ, ਉਸ ਦੇ ਅਨੁਸਾਰ ਉਹਨਾਂ ਦੀਆਂ ਜਿਹੜੀਆਂ ਵੇਜਿਜ਼ ਨੇ ਉਹ ਤੈਅ ਹੋਣੀਆਂ ਚਾਹੀਦੀਆਂ ਨੇ। ਤਾਂ ਇਹ 4 ਮੁੱਦਿਆਂ ਨੂੰ ਲੈ ਕੇ ਅੱਜ ਇੱਥੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਰੈਲੀ ਦੇ ਰੂਪ ਵਿੱਚ ਇਕੱਠੇ ਹੋਏ ਸੀ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਜਿਵੇਂ ਮੋਦੀ ਸਰਕਾਰ ਦੀ ਨੀਤੀ ਆ ਕਿ ਜੇ ਕੋਈ ਸੰਘਰਸ਼ ਖੜ੍ਹਾ ਹੋ ਗਿਆ ਤਾਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਆ, ਪਾੜਨ ਦੀ ਕੋਸ਼ਿਸ਼ ਕਰਦੀ ਆ। ਇਸੇ ਨੀਤੀ ਦੇ ਉੱਪਰ ਪੰਜਾਬ ਦੀ ਸਰਕਾਰ ਚੱਲ ਰਹੀ ਆ। ਤਾਂ ਇਹਨਾਂ ਨੇ 29 ਜੁਲਾਈ ਨੂੰ ਜਿਹੜਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਹਜ਼ਾਰਾਂ ਦਾ ਇਕੱਠ ਹੋਇਆ ਸੀ ਮੁਲਾਜ਼ਮਾਂ ਦਾ ਅਤੇ ਪੈਨਸ਼ਨਰਾਂ ਦਾ ਪਟਿਆਲੇ ਦੇ ਵਿੱਚ, ਉਸ ਤੋਂ ਘਬਰਾ ਕੇ ਇਹਨਾਂ ਨੇ ਇਹ ਨਹੀਂ ਯਤਨ ਕੀਤਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦੇ ਬਣ, ਉਹ ਬਿਲਕੁਲ ਜਿਵੇਂ ਮੋਦੀ ਸਰਕਾਰ ਦੀ ਨੀਤੀ ਆ ਕਿ ਜੇ ਕੋਈ ਸੰਘਰਸ਼ ਖੜ੍ਹਾ ਹੋ ਗਿਆ ਤਾਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਆ, ਪਾੜਨ ਦੀ ਕੋਸ਼ਿਸ਼ ਕਰਦੀ ਆ। ਇਸੇ ਨੀਤੀ ਦੇ ਉੱਪਰ ਪੰਜਾਬ ਦੀ ਸਰਕਾਰ ਚੱਲ ਰਹੀ ਆ। ਤਾਂ ਇਹਨਾਂ ਨੇ 29 ਜੁਲਾਈ ਨੂੰ ਜਿਹੜਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਹਜ਼ਾਰਾਂ ਦਾ ਇਕੱਠ ਹੋਇਆ ਸੀ ਮੁਲਾਜ਼ਮਾਂ ਦਾ ਅਤੇ ਪੈਨਸ਼ਨਰਾਂ ਦਾ ਪਟਿਆਲੇ ਦੇ ਵਿੱਚ, ਉਸ ਤੋਂ ਘਬਰਾ ਕੇ ਇਹਨਾਂ ਨੇ ਇਹ ਨਹੀਂ ਯਤਨ ਕੀਤਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦੇ ਬਣਦੇ ਹੱਕ ਦੇ ਦਈਏ, ਸਗੋਂ ਯਤਨ ਇਸ ਪਾਸੇ ਜਟਾਏ ਕਿ ਇਸ ਸੰਘਰਸ਼ ਨੂੰ ਕਿਵੇਂ ਤੋੜਿਆ ਜਾ ਸਕਦਾ, ਨਵੇਂ ਅਤੇ ਪੁਰਾਣੇ ਦੇ ਵਿੱਚ, ਕੱਚੇ ਅਤੇ ਪੱਕੇ ਦੇ ਵਿੱਚ, ਰਿਵਾਈਜ਼ਡ ਅਤੇ ਅਨਰਿਵਾਈਜ਼ਡ ਦੇ ਵਿੱਚ, ਪੁਰਾਣੀ ਪੈਨਸ਼ਨ ਅਤੇ ਨਵੀਂ ਪੈਨਸ਼ਨ ਵਾਲਿਆਂ ਦੇ ਵਿੱਚ। ਪਰ ਅੱਜ ਦੀ ਰੈਲੀ ਨੇ ਇਹਨਾਂ ਦਾ ਹੱਕਵਾਂ ਦਾ ਇਹ ਭਰਮ ਤੋੜਿਆ ਕਿ ਪੰਜਾਬ ਦੇ ਮੁਲਾਜ਼ਮ ਬਿਲਕੁਲ ਇੱਕਜੁੱਟ ਨੇ, ਪੈਨਸ਼ਨਰ ਉਹਨਾਂ ਦੇ ਨਾਲ ਨੇ। ਅਤੇ ਇੱਥੇ ਰੈਲੀ ਹੋਈ ਆ, ਉਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ OSD ਨੇ ਜਿਹੜੇ ਉਹ ਇੱਥੇ ਆ ਕੇ ਉਹਨਾਂ ਨੇ ਇਹ ਐਲਾਨ ਕੀਤਾ ਕਿ 20 ਤਰੀਕ ਨੂੰ ਪੰਜਾਬ ਦੇ ਮੁਲਾਜ਼ਮਾਂ ਦੀ ਅਤੇ ਪੈਨਸ਼ਨਰਾਂ ਦੀ ਇਸ ਸਾਂਝੇ ਫਰੰਟ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਊਗੀ। ਅਤੇ ਅਗਲਾ ਐਕਸ਼ਨ ਅਸੀਂ ਅਲਾਊਂਡ ਕੀਤਾ ਹੋਇਆ, ਅਤੇ ਜੇ ਉਹ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਤਾਂ 2 ਅਕਤੂਬਰ ਨੂੰ ਪਟਿਆਲੇ ਦੇ ਵਿੱਚ ਪੱਕਾ ਮੋਰਚਾ ਜਿਹੜਾ ਉਹ ਲਗਾਇਆ ਜਾਊਗਾ। ਅਤੇ ਜਦ ਤੱਕ ਮੁਲਾਜ਼ਮਾਂ ਦੀਆਂ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਅਤੇ ਦੂਜਾ ਜਿਸ ਰਾਹ 'ਤੇ ਕੈਪਟਨ ਸਰਕਾਰ ਚੱਲ ਰਹੀ ਆ ਕਿ ਨਿੱਜੀਕਰਨ ਲਾਗੂ ਕਰਕੇ ਜਿੰਨੇ ਸਰਕਾਰੀ ਮਹਿਕਮੇ ਨੇ ਇਹ ਖਤਮ ਕਰਨੇ ਨੇ, ਇਹਨਾਂ ਦਾ ਭੋਗ ਪਾਉਣਾ, ਜਦ ਤੱਕ ਉਸ ਰਾਹ ਤੋਂ ਉਸ ਨੂੰ ਮੋੜ ਨਹੀਂ ਦਿੰਦੇ ਅਸੀਂ, ਇਹ ਐਜੀਟੇਸ਼ਨ ਆ ਜਿਹੜਾ ਇਹ ਲੰਬਾ ਚੱਲੂਗਾ, ਲਗਾਤਾਰ ਚੱਲੂਗਾ।